ਰਾਮਸ ਰੂਪਨਖੀ ਦਾ ਨੋਵਲ ਹੈ ਕੱਖਾਂ ਕਾਨਿਆਂ ਦੇ ਪੁੱੜ ਪਹਿਲਾ ਅੰਗ ਐਕਸੀਨ ਕੋਲ ਹੋ ਕੇ ਰੌਣਕ ਰਾਮ ਜੀ ਅਮਲਾ ਸ਼ਾਖਾ ਚ ਆਈ ਸਾਰੇ ਕਰਮਚਾਰੀ ਆਪਣੇ ਆਪਣੇ ਮੇਜ਼ਾਂ ਉੱਤੇ ਝੁਕੇ ਫਾਈਲਾਂ ਚ ਡੁੱਬੇ ਹੋਏ ਸਨ ਅਵਿਨਾਸ਼ ਨੇ ਮੇਜ਼ ਉੱਤੇ ਪੂਣੀਆਂ ਟਿਕਾ ਕੇ ਰੌਣਕ ਰਾਮ ਜੀ ਕੁਝ ਪੁੱਛਣ ਹੀ ਲੱਗੇ ਸਨ ਕਿ ਅਵਿਨਾਸ਼ ਝਟ ਖੜਾ ਹੋ ਗਿਆ ਤੇ ਕੁਰਸੀ ਛੱਡ ਕੇ ਉਹਨਾਂ ਨਾਲ ਹੱਥ ਮਿਲਾਇਆ ਸੁਣਾ ਬਈ ਤੂੰ ਇੱਥੇ ਹੈ ਰੌਣਕ RAM ਜੀ ਦੇ ਚਿਹਰੇ ਉੱਤੇ ਖੋਜ ਤੇ ਖੁਸ਼ੀ ਦੇ ਰਲੇ ਮਿਲੇ ਭਾਵ ਸਨ ਅਵਿਨਾਸ਼ ਨੂੰ ਪੈਰਾਂ ਤੋਂ ਸਿਰ ਤੱਕ ਇੱਕ ਲੱਕਤ ਦੇਖ ਰਹੇ ਸਨ ਹਾਂਜੀ ਮੈਂ ਤਾਂ ਇੱਥੇ 5 ਸਾਲਾਂ ਤੋਂ ਹਾਂ ਅਵਿਨਾਸ਼ ਨੇ ਦੱਸਿਆ ਤੇ ਉਹਨਾਂ ਦੇ ਨਾਲ ਆਈ ਕੁੜੀ ਵੱਲ ਗੰਭੀਰ ਜਿਹਾ ਹੋ ਕੇ ਝਾਕਣ ਲੱਗਿਆ ਕੁੜੀ ਨੇ ਝੱਟ ਹੱਥ ਜੋੜ ਦਿੱਤੇ ਤੇ ਨਮਸਤੇ ਕਹੀ ਸੁਨੀਤਾ ਲੈ ਤਾਂ ਘਰ ਦੇ ਬੰਦੇ ਹੀ ਨਿਕਲ ਆਏ ਰੌਣਕ RAM ਜੀ ਨੇ ਪ੍ਰਸੰਨ ਚਿੱਤ ਹੋ ਕੇ ਕੁੜੀ ਨੂੰ ਦੱਸਿਆ ਇੱਕ ਕੁਰਸੀ ਅਵਿਨਾਸ਼ ਨੇ ਹੋਰ ਖਿੱਚ ਲਈ ਤੇ ਇੱਕ ਸਟੂਲ ਲੈ ਕੇ ਉਹਦੇ ਤੇ ਆਪ ਬੈਠ ਗਿਆ। ਕੁੜੀ ਤੇ ਕੁੜੀ ਦਾ ਬਾਪ ਕੁਰਸੀਆਂ ਤੇ ਬੈਠ ਗਏ। ਅਵਿਨਾਸ਼ ਨੇ ਇਸ਼ਾਰੇ ਨਾਲ ਚਪੜਾਸੀ ਨੂੰ ਚਾਹ ਲੈਣ ਭੇਜ ਦਿੱਤਾ। ਅਵਿਨਾਸ਼ ਦੀ ਪੱਕੀ ਰਿਹائش ਸੁਨਾਮ ਸੀ। ਉਹਦੇ ਵੱਡੇ ਭਾਈ ਸੁਖਦੇਵ ਕੁਮਾਰ ਬਹੁਤ ਸਾਲਾਂ ਤੋਂ ਉੱਥੇ ਮਿਊਂਸਪਲ ਕਮੇਟੀ 'ਚ ਕਲਰਕ ਸਨ। ਘਰ ਦਾ ਚੰਗਾ ਵਾਵਾ ਪੱਕਾ ਮਕਾਨ ਸੀ, ਤੋਰਚਬਾਰੇ ਸਨ। ਉੱਤੇ ਰਸੋਈ ਤੇ ਗੁਸਲਖਾਨਾ ਟੁੱਟੀ ਦਾ ਪਾਣੀ ਵੀ ਉ ਤਾਂ ਜਾਂਦਾ ਸੀ। ਇਨਾ ਦੋਵੇਂ ਤੁਬਾਰਿਆਂ ਤਰੌਣ ਕ੍ਰਾਮ ਜੀ ਕਿਰਾਏਦਾਰ ਰਹਾ ਐ ਸਨ ਚਾਰ ਪੰਜ ਸਾਲ ਰਹੇ ਸਨ ਅਵਿਨਾਸ਼ ਜੱਤ ਕਦੇ ਸੁਨਾਮ ਜਾਂਦਾ ਤਰੌਣ ਕ੍ਰਾਮ ਜੀ ਨਾਲ ਮੁਲਾਕਾਤ ਹੁੰਦੀ ਉਹਦੀ ਪਤਨੀ ਬੜੀ ਮਿਲਾਪੜੀ ਸੀ ਅਵਿਨਾਸ਼ ਜਾਂਦਾ ਤਾਂ ਸਬਜ਼ੀ ਦੀ ਕੋਲੀ ਉਹੇਠਾਂ ਭੇਜਦੀ ਪਰ ਹੁਣ ਅਵਿਨਾਸ਼ ਨੇ ਉਹਨਾਂ ਨਾਲ ਆਈ ਇਸ ਕੁੜੀ ਨੂੰ ਉੱਥੇ ਕਦੇ ਨਹੀਂ ਦੇਖਿਆ ਸੀ ਤੁਸੀਂ ਇੱਥੇ ਕਿਹੜੀ ਸੀਟ ਤੇ ਹੋ ਰੌਣ ਕ੍ਰਾਮ ਜੀ ਨੇ ਅਵਿਨਾਸ਼ ਨੂੰ ਪੁੱਛਿਆ ਮੈਂ ਯੂਡੀਸੀ ਆ ਇਸ ਸੀ ਸੈਕਸ਼ਨ ਦਾ ਕਮਰਾ ਮੈਂ ਦਫਤਰ ਦੇ ਇਸਟੈਬਲਿਸ਼ਮੈਂਟ ਕੇ ਸਾਨੂੰ ਡੀਲ ਕਰਦਾ ਅੱਛਾ ਅੱਛਾ ਫੇਰ ਤਾਂ ਉਹ ਬੋਲੇ ਤੇ ਫਿਰ ਹੌਲੀ ਦੇ ਕੇ ਪੁੱਛਿਆ ਹੈੱਡ ਕਲਰਕ ਸਭ ਕੌਣ ਨੇ ਉਹ ਸਾਹਮਣੇ ਬੈਠੇ ਨੇ ਅਵਿਨਾਸ਼ ਤਮਾਕੂ ਵਾਲੇ ਪਾਨ ਦਾ ਬੀੜਾ ਮੂੰਹ 'ਚ ਰੱਖ ਰਿਹਾ ਸੁੱਕੜੂ ਜਿਹੇ ਆਦਮੀ ਵੱਲ ਝਾਕਿਆ ਤੇ ਰੌਣਕram ਜੀ ਨੂੰ ਪੁੱਛਿਆ ਦੱਸੋ ਹੁਕਮ ਕਰੋ ਕੀ ਗੱਲ ਹੈ ਆਪਣੇ ਬਾਰੇ ਹੁੰਦੀ ਗੱਲ ਦੀ ਕੰਨ 'ਚ ਭਿਣਕ ਪੇ ਬੰਦੀ ਪੰਪ ਕੇ ਹੈੱਡ ਕਲਰਕ ਅਣਕ ਦੇ ਸ਼ੀਸ਼ਿਆਂ ਉੱਤੋਂ ਦੀ ਉਹਨਾਂ ਨੂੰ ਦੇਖ ਕੇ ਆ ਸੀ ਦੂਜਾ ਕੋਈ ਕਲਰਕ ਫਾਈਲ ਵਿੱਚੋਂ ਸਿਰ ਕੱਢਦਾ ਤੇ ਕੁੜੀ ਵੱਲ ਤਿੱਖੀ ਨਜ਼ਰ ਸੁੱਟ ਕੇ ਫਿਰ ਆਪਣੇ ਕੰਮ 'ਚ ਡੁੱਬ ਜਾਂਦਾ ਸੁਨੀਤਾ ਦੀ ਅਪਾਇੰਟਮੈਂਟ ਹੋਈ ਹੈ ਤੁਹਾਡੇ ਦਫ਼ਤਰ 'ਚ ਯੂਡੀਸੀ ਦੀ ਪੋਸਟ ਤੇ ਐਕਸ਼ਨ ਸਾਹਿਬ ਨੂੰ ਤਾਂ ਮਿਲ ਆਏ ਆ ਹਾਜ਼ਰੀ ਰਿਪੋਰਟ ਦੇਣੀ ਹੈ ਇਹਦੀ ਕਹਿੰਦੇ ਹੈੱਡ ਕਲਰਕ ਸਾਹਿਬ ਨੂੰ ਮਿਲ ਲਓ ਤੁਸੀਂ ਬੈਠੇ ਹੋ ਬਸ ਹੁਣ ਤਾਂ ਰੌਣਕram ਜੀ ਕਿਸੇ ਗੌਰਵ ਜੈਚ ਬੋਲ ਰਹੇ ਸਨ ਸੁਨੀਤਾ ਖਾਂਜੀ ਨਿਕਨਿਕਾ ਮੁਸਕਰਾ ਰਹੀ ਸੀ ਆਰਡਰ ਦਿਖਾਇਆ ਅਵਿਨਾਸ਼ ਨੇ ਉਤਸੁਕਤਾ ਨਾਲ ਕਿਹਾ ਸੁਨੀਤਾ ਨੇ ਆਪਣੇ ਪਰਸ ਤੋਂ ਆਰਡਰ ਕੱਢ ਕੇ ਪਾਪਾ ਨੂੰ ਦਿੱਤਾ ਤੇ ਉਹਨਾਂ ਨੇ ਗਾਉ ਉਸ ਉਹ ਕਾਗਜ਼ ਅਵਿਨਾਸ਼ ਨੂੰ ਫੜਾ ਦਿੱਤਾ ਅਵਿਨਾਸ਼ ਉਹਨੂੰ ਗੰਭੀਰਤਾ ਨਾਲ ਪੜ੍ਹਨ ਲੱਗਿਆ ਤੇ ਫਿਰ ਬੁੱਲਾਂ ਉਤੇ ਮੁਸਕਰਾਟ ਲਿਆ ਕੇ ਆਖਿਆ ਇਹ ਤਾਂ ਬਹੁਤ ਚੰਗੀ ਗੱਲ ਹੋਈ ਕਿਰਪਾਏ ਤੁਹਾਡੇ ਲੋਕਾਂ ਦੀ ਹਾਜ਼ਰੀ ਰਿਪੋਰਟ ਲਿਖ ਲਈਏ ਫਿਰ ਹਾਂ ਹਾਂ ਕ ਕੇ ਇੱਕ ਚਿੱਟਾ ਕਾਗਜ਼ ਅਵਿਨਾਸ਼ ਨੇ ਆਪਣੀ ਦਰਾਜ ਵਿੱਚੋਂ ਕੱਢਿਆ ਤੇ ਸੁਨੀਤਾ ਵੱਲ ਵਧਾ ਦਿੱਤਾ ਕਿ ਹਾਂ ਲਿਖੋ ਜੀ ਅਵਿਨਾਸ਼ ਬੋਲਦਾ ਗਿਆ ਸੁਨੀਤਾ ਲਿਖਦੀ ਗਈ ਸੁਨੀਤਾ ਜਿਸ ਸੀਟ ਤੇ ਆਈ ਸੀ 2 ਮਹੀਨੇ ਪਹਿਲਾਂ ਉੱਥੇ ਕਿਸ਼ਨ ਸਿੰਘ ਕੰਮ ਕਰਦਾ ਸੀ ਦਮੇ ਦਾ ਮਰੀਜ਼ ਸੀ ਸਰਵਿਸ ਵੀ ਕਾਫੀ ਹੋ ਚੱਲੀ ਸੀ ਉਹਦੀ ਕੁੜੀ ਐਮਏ 'ਚ ਪੜ੍ਹਦੀ ਸੀ ਇੱਕੋ ਹੀ ਕੁੜੀ ਸੀ ਕੁੜੀ ਤੇ ਉਹਨੂੰ ਬੜੀਆਂ ਆਸਾਂ ਸਨ ਨੌਕਰੀ ਕਰੇਗੀ ਤੇ ਕਮਾ ਕੇ ਦੇਏਗੀ ਕਿਸੇ ਚੰਗੇ ਮੁੰਡੇ ਨਾਲ ਵਿਆਹ ਕਰਕੇ ਉਹਨੂੰ ਕਰਜਵਾਈ ਰੱਖ ਲਏਗਾ ਪਰ ਕੁੜੀ ਕੋਟ ਵਿੱਚ ਅੰਤਰਜਾਤੀ ਵਿਆਹ ਕਰਵਾ ਕੇ ਪਾਰ ਗਈ ਕਿੰਨੇ ਹੀ ਸਾਲਾਂ ਤੋਂ ਉਹਦਾ ਲਵ ਚੱਲ ਰਿਹਾ ਸੀ ਚੰਦਰੀ ਨੇ ਇੱਕ ਵਾਰ ਵੀ ਪਿਓ ਕੋਲ ਗੱਲ ਨਾ ਕੀਤੀ ਕੁੜੀ ਨੂੰ ਪਤਾ ਸੀ ਜੱਟ ਹੋ ਕੇ ਛੀਂਬੇ ਦੇ ਪੁੱਤ ਨਾਲ ਉਹ ਧੀ ਨੂੰ ਨਹੀਂ ਤੋਰੇਗਾ ਤੇ ਕਿਸ਼ਨ ਸਿੰਘ ਧੀ ਦੇ ਦਰੇਗ ਵਿੱਚ ਘੁੱਲ-ਘੁੱਲ ਕੇ ਮਰ ਗਿਆ ਸੀ ਹੁਣ ਉਸ ਪੋਸਟ ਤੇ ਅਵਿਨਾਸ਼ ਦਾ ਇੱਕ ਦੋਸਤ ਬਦਲੀ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਰਾਮਗੜ੍ਹ ਦਾ ਹੀ ਰਹਿਣ ਵਾਲਾ ਸੀ ਮਾਪੇ ਬੁੱਢੇ ਸਨ ਚਾਹੁੰਦਾ ਸੀ ਘਰ ਆ ਜਾਏ ਤੇ ਮਾਪਿਆਂ ਦੀ ਆਖਰੀ ਉਮਰ 'ਚ ਉਹਨਾਂ ਦੀ ਸੇਵਾ ਕਰੇ ਪਰ ਕੀ ਪਤਾ ਸੀ ਬੋਰਡ ਨਵੀਂ ਰਿਕਰੂਟਮੈਂਟ ਕਰ ਦੇਗਾ ਇਹਨਾਂ ਪੋਸਟਾਂ ਦੀ ਇੰਟਰਵਿਊ ਹੋਈ ਨੂੰ ਤਾਂ ਡੇਢ ਸਾਲ ਲੰਘ ਚੁੱਕਿਆ ਸੀ ਬੋਰਡ ਦਾ ਵੀ ਕੋਈ ਵਸਾ ਨਹੀਂ ਕਦੇ-ਕਦੇ ਤਾਂ ਇੰਟਰਵਿਊ ਤੋਂ 6 ਮਹੀਨੇ ਬਾਅਦ ਹੀ ਨਿਯੁਕਤੀ ਦੇ ਆਰਡਰ ਦੇ ਦਿੰਦਾ ਹੈ ਕਦੇ ਹੁਣ ਵਾਂਗ ਡੇਢ ਦੋ ਸਾਲ ਵੀ ਲੰਘਾ ਦਿੰਦਾ ਹੈ ਇੰਟਰਵਿਊ ਵੀ ਸਾਲ-ਸਾਲ ਬਾਅਦ ਹੁੰਦੀ ਹੈ ਚੇਅਰਮੈਨ ਨੂੰ ਆਪਣੀ ਕੁਰਸੀ ਸੰਭਾਲਣ ਦਾ ਫਿਕਰ ਬਹਦਾ ਰਹਿੰਦਾ ਹੈ ਅਵਿਨਾਸ਼ ਦਾ ਦੋਸਤ ਵਿਚਾਰਾ ਕਿੰਨੀ ਕੋਸ਼ਿਸ਼ ਕਰ ਰਿਹਾ ਸੀ ਮਨਿਸਟਰ ਤੋਂ ਚਿੱਠੀ ਲਿਆ ਕੇ ਵੀ ਦਿੱਤੀ ਸੀ ਐਵੇਂ ਹੀ ਗਿਆ 4-500 ਰੁਪਏ ਖਰਚ ਕੀਤਾ ਹੁਣ ਕੋਈ ਪਤਾ ਨਹੀਂ ਕਦੋਂ ਕੋਈ ਪੋਸਟ ਖਾਲੀ ਹੋਵੇ ਹਾਜ਼ਰੀ ਰਿਪੋਰਟ ਲੈ ਕੇ ਰੌਣਗਰਾਮ ਜੀ ਐਕਸੀਡੈਂਟ ਦੇ ਕਮਰੇ 'ਚ ਚਲੇ ਗਏ ਤੁਹਾਡੀ ਕੁਆਲਿਫਿਕੇਸ਼ਨ ਕੀ ਹੈ ਅਵਿਨਾਸ਼ ਨੇ ਸੁਨੀਤਾ ਤੋਂ ਪੁੱਛਿਆ ਬੀਏ ਐਮਏ ਜੋਇਨ ਕੀਤੀ ਹੋਈ ਸੀ ਕਿਹੜੇ ਸਬਜੈਕਟ ਦੀ ਇਕਨੋਮਿਕਸ ਇਕਨੋਮਿਕਸ ਅੱਛਾ ਸਬਜੈਕਟ ਹੈ ਪਰ ਇੰਟਰਸਟ ਦੀ ਗੱਲ ਹੈ ਹੈ ਤਾਂ ਓਖਾ ਹੀ ਨਹੀਂ ਮੇਰਾ ਤਾਂ ਬਹੁਤ ਇੰਟਰਸਟ ਹੈ ਇਕਨੋਮਿਕਸ ਵਿੱਚ ਇਧਰ ਹੀ ਆਰਡਰ ਹੋ ਗਏ ਪਾਪਾ ਕਹਿੰਦੇ ਸਰਵਿਸ ਜੁਆਇਨ ਕਰ ਪਹਿਲਾਂ ਮੱਸਾ ਮਿਲੀ ਹੈ ਸੁਨੀਤਾ ਨਿੱਕਾ ਨਿੱਕਾ ਹੱਸਣ ਲੱਗੀ ਹਾਂ ਇਹ ਤਾਂ ਹੈ ਐਮਏ ਤਾਂ ਫਿਰ ਵੀ ਹੋ ਜਾਊਗੀ ਤੇ ਫਿਰ ਪੁੱਛਿਆ ਕਿਹੜੇ ਕਾਲਜ ਚ ਪੜਦੇ ਸੀ ਤੁਸੀਂ ਲੁਧਿਆਣਾ ਗਵਰਨਮੈਂਟ ਕਾਲਜ ਬੀਏ ਵੀ ਉੱਥੇ ਹੀ ਕੀਤੀ ਸੀ ਉੱਥੇ ਕੌਣ ਹੈ ਤੁਹਾਡਾ ਮਾਸੀ ਜੀ ਨੇ ਮੈਂ ਮੈਂ ਤਾਂ ਉਹਨਾਂ ਕੋਲ ਹੀ ਰਹੀ ਹਾਂ ਤਾਂ ਹੀ ਐਨੀ ਵਾਰੀ ਸੁਨਾਮ ਗਿਆ ਦੇਖਿਆ ਨਹੀਂ ਤੁਹਾਨੂੰ ਉੱਥੇ ਕਰੇ ਉਹਨਾਂ ਦੇ ਬੱਚਾ ਨਹੀਂ ਕੋਈ ਘਰ 'ਚ ਮਾਸੜ ਜੀ ਤਾਂ ਕਦੋਂ ਦੇ ਐਕਸਪਾਇਰ ਹੋ ਗਏ ਸੀ ਅੱਛਾ ਅੱਛਾ ਫੇਰ ਤਾਂ ਹੁਣ ਇਕੱਲੇ ਰਹਿ ਗਏ ਮਾਸੀ ਜੀ ਵਿਚਾਰੇ ਦੇਖਾਂਗੇ ਟਰਾਂਸਫਰ ਦੀ ਕੋਸ਼ਿਸ਼ ਕਰਾਂਗੇ ਮਾਸੀ ਜੀ ਤਾਂ ਤਾਂ ਦਿਲ ਲੱਗਿਆ ਹੋਇਆ ਸੀ ਮੈਨੂੰ ਬਹੁਤ ਪਿਆਰ ਕਰਦੇ ਐ ਜੁਆਇਨ ਕੀਤਾ ਨਹੀਂ ਟਰਾਂਸਫਰ ਪਹਿਲਾਂ ਅਵਿਨਾਸ਼ ਉੱਚੀ ਉੱਚੀ ਹੱਸਿਆ ਦੂਜੇ ਕਲਰਕ ਵੀ ਮੁਸਕਰਾਉਣ ਲੱਗੇ ਸੁਨੀਤਾ ਨੀਵੀਂ ਪਾ ਗਈ ਚਾਹ ਆ ਗਈ ਸੀ ਰੌਣਕ RAM ਜੀ ਆਏ ਤਾਂ ਵਿਨਾਸ਼ ਪਿਆਲੀਆਂ ਵਿੱਚ ਆ ਪਾਉਣ ਲੱਗਿਆ ਉਹ ਕੁਰਸੀ ਤੇ ਬੈਠ ਕੇ ਹੀ ਦੱਸਣ ਲੱਗੇ ਲਓ ਜੀ ਯੈਸ ਹੋ ਗਈ ਰਿਪੋਰਟ ਉਹਨਾਂ ਨੇ ਅਵਿਨਾਸ਼ ਨੂੰ ਦਿੱਤੀ ਤੇ ਉਹਦੇ ਉਹਨੇ ਉਹਦੇ ਨਾਲ ਆਰਡਰ ਦੀ ਕਾਪੀ ਪਿੰਨ ਕਰਕੇ ਅਗਾ ਹੈੱਡ ਕਲਰਕ ਨੂੰ ਪੜਾ ਦਿੱਤੀ ਹੈੱਡ ਕਲਰਕ ਨੇ ਉੱਡੇ ਉੱਡੇ ਨਜ਼ਰ ਮਾਰੀ ਤੇ ਮੂੰਹ ਜਿਹਾ ਮੀਟ ਕੇ ਉਹਦੇ ਉੱਤੇ ਆਪਣੇ ਦਸਖਤਾਂ ਦੀ ਠੂਂਗ ਮਾਰ ਦਿੱਤੀ ਅਵਿਨਾਸ਼ ਨੂੰ ਵਾਪਸ ਫੜਾ ਕੇ ਕਿਹਾ ਰੱਖੋ ਆਪਣੇ ਕੋਲ ਹੀ ਅਕਾਊਂਟਸ ਵਾਲਿਆਂ ਨੂੰ ਨੋਟ ਕਰਵਾ ਦੇਣਾ ਉਹ ਤਾਂ ਹੋ ਜਾਏਗਾ ਵਿਨਾਸ਼ਨੀ ਤਸल्ली ਚਾਖਿਆ ਉਹ ਚਾਹ ਪੀਣ ਲੱਗੇ ਹੈੱਡ ਕਲਰਕ ਤੇ ਦੂਜੇ ਕਲਰਕ ਵੀ ਉਹਨਾਂ ਦੇ ਕਮਰੇ 'ਚ ਜਦੋਂ ਵੀ ਚਾਹ ਪੀਤੀ ਜਾਂਦੀ ਸਭ ਜਣੇ ਪੀਂਦੇ ਇਹ ਵਧੀਆ ਸਿਸਟਮ ਸੀ ਸੁਨੀਤਾ ਦਾ ਨੇਚਰ ਆਫ ਵਰਕ ਕੀ ਹੋਏਗਾ ਜੀ ਰੌਣਕ ਰਾਮ ਜੀ ਨੇ ਚਾਹ ਦੀ ਕੁੱਟ ਅੰਦਰ ਲੰਗਾ ਕੇ ਤੇ ਪਿਆਲੀ ਨੂੰ ਦੋਵੇਂ ਹੱਥਾਂ ਨਾਲ ਸੰਭਾਲਦੇ ਹੋਏ ਆ ਵਿਨਾਸ਼ ਤੋਂ ਪੁੱਛਿਆ ਉਹ ਜੋ ਇਹ ਸੀਟ ਦਾ ਹੈ ਪਹਿਲਾਂ ਇਸ ਸੀਟ ਤੇ ਕਿਸ਼ਨ ਸਿੰਘ ਜੀ ਕੰਮ ਕਰਦੇ ਸੀ ਉਹਨਾਂ ਦੀ ਡੈਥ ਹੋ ਗਈ ਇਹ ਸੀਟ ਉਧਰ ਹੈ ਸੈਕਸ਼ਨ ਵਿੱਚ ਉਧਰ A ਸੈਕਸ਼ਨ ਵਿੱਚ ਹੈ A ਸੈਕਸ਼ਨ ਦਾ ਮਤਲਬ A मींस ਅਕਾਊਂਟ ਸਾਡਾ ਇਹ ਸੀ ਸੈਕਸ਼ਨ ਹੈ C मींस ਕੋਰレスਪੋਂਡੈਂਟ ਤੇ ਇਧਰ ਤੀਜਾ ਕਮਰਾ ਜੋ ਹੈ ਉਹਦੇ ਵਿੱਚ D ਸੈਕਸ਼ਨ ਹੈ D मींस ਡਰਾਫਟਮੈਨਸ਼ਿਪ ਉਥੇ ਨਕਸ਼ੇ ਵਗੈਰਾ ਤਿਆਰ ਹੁੰਦੇ ਆ ਤੇ ਇਧਰ ਚੌਥਾ ਕਮਰਾ X ਹਿਸਾਬ ਦਾ ਹੈ ਡਿਵੀਜ਼ਨ ਦਾ ਬਸ ਇੰਨਾ ਹੀ ਸਟਾਫ ਹੁੰਦਾ ਹੈ ਅਵਿਨਾਸ਼ ਨੇ ਸਮਝਾਇਆ ਕਿੱਦਾਂ ਦਾ ਕੰਮ ਕਰੇਗਾ ਕਰਨਾ ਪਏਗਾ ਸੁਨੀਤਾ ਨੂੰ ਰੌਣਕram ਜੀ ਨੇ ਫੇਰ ਪੁੱਛਿਆ ਇਹਨਾਂ ਦੀ ਸੀਟ ਅਮਲਾ ਕਲਰਕ ਦੀ ਹੈ ਉਸ ਸੀਟ ਤੇ ਸਰਵਿਸ ਬੁੱਕਾਂ ਡੀਲ ਕਰਨੀਆਂ ਹੁੰਦੀਆਂ ਨੇ ਤੇ ਟੀਏ ਬਿਲਾ ਦਾ ਕੰਮ ਵੀ ਹੈ ਅਵਿਨਾਸ਼ ਨੇ ਦੱਸਿਆ ਰੌਣਕram ਜੀ ਫਿੱਕਾ ਫਿੱਕਾ ਹੱਸੇ ਤੇ ਕਹਿਣ ਲੱਗੇ ਸਿੱਖਣਾ ਹੀ ਪਏਗਾ ਇਹ ਕੰਮ ਤਾਂ ਫਰੈਸ਼ ਹੈ ਨਾ ਕੋਈ ਗੱਲ ਨਹੀਂ ਸਭ ਹੋ ਜਾਏਗਾ ਤੁਸੀਂ ਫਿਕਰ ਨਾ ਕਰੋ ਜੀ ਅਵਿਨਾਸ਼ ਨੇ ਕਿਹਾ ਤੇ ਖੜਾ ਹੋ ਗਿਆ ਤੇ ਫੇਰ ਆਖਿਆ ਚਲੋ ਸੀਟ ਤੇ ਛੱਡਾ ਇਹ ਬੀਬੀ ਨੂੰ ਸੁਨੀਤਾ ਨੂੰ ਸੀਟ ਤੇ ਬਿਠਾ ਕੇ ਵਿਨਾਸ਼ ਦੇ ਨੇ ਨਾਲ ਦੀ ਸੀਟ ਤੇ ਬੈਠੀ ਇੱਕ ਹੋਰ ਕੁੜੀ ਨਾਲ ਉਹਦੀ ਵਾਕਫੀਅਤ ਕਰਵਾਈ ਨਾਲ ਬੈਠੀ ਨਾ ਤਾਂ ਮੁਸਕराई ਨਾ ਹੀ ਚਿਹਰੇ ਤੇ ਕੋਈ ਹੋਰ ਰੰਗ ਲਿਆਂਦਾ ਉਹਦੇ ਲਈ ਆਮ ਜਿਹੀ ਘਟਨਾ ਸੀ ਡਿਵੀਜ਼ਨਲ ਅਕਾਊਂਟੈਂਟ ਕੋਲ ਉਹ ਸੁਨੀਤਾ ਨੂੰ ਇੰਟਰੋਡਿਊਸ ਕਰਨ ਲੱਗਿਆ ਤਾਂ ਉਹ ਸੀਟ ਤੋਂ ਖੜੀ ਹੋ ਗਈ ਤੇ ਹੱਥ ਜੋੜ ਕੇ ਅਕਾਊਂਟੈਂਟ ਨੂੰ ਨਮਸਤੇ ਆਖੀ ਰੌਣਕਰਾਮ ਜੀ ਅਕਾਊਂਟੈਂਟ ਦੇ ਸਾਹਮਣੇ ਪਈ ਕੁਰਸੀ ਉੱਤੇ ਬੈਠ ਗਏ ਉਹਦੇ ਨਾਲ ਇਧਰ ਉਧਰ ਦੀਆਂ ਗੱਲਾਂ ਕਰਨ ਲੱਗੇ ਦੱਸਿਆ ਮੈਂ ਇੱਥੇ ਪੋਸਟਮਾਸਟਰ ਹਾਂ ਜੀ ਬਸ 2 ਮਹੀਨੇ ਹੋਏ ਨੇ ਟਰਾਂਸਫਰ ਹੋ ਕੇ ਆਏ ਨੂੰ ਦਸੰਬਰ ਦੀ 20 ਨੂੰ ਜੁਆਇਨ ਕੀਤਾ ਸੀ ਤੇ ਫਿਰ ਹੱਥ ਜੋੜੇ ਮੇਰੇ ਲਈ ਕੋਈ ਸੇਵਾ ਹੋਵੇ ਤਾਂ ਫਰਮਾਇਓ ਬਸ ਠੀਕ ਹੈ ਜੀ ਪੀ ਐਨ ਜਾਂਦਾ ਹੈ ਡਾਰਕ ਲੈਨ ਅਕਾਊਂਟਡ ਹਿਡ ਹਿਡ ਕਰਕੇ ਹੱਸਣ ਲੱਗਿਆ ਤੇ ਫਿਰ ਕਿਹਾ ਸਾਨੂੰ ਤਾਂ ਕਦੇ ਜ਼ਰੂਰਤ ਹੀ ਨਹੀਂ ਪਈ ਡਾਕ ਖਣੇ ਜਾਣ ਦੀ ਫਿਰ ਵੀ ਮਿਲਦੇ ਗਿਲਦੇ ਰਿਹਾ ਕਰੋ ਜੀ ਲੜਕੀ ਦਾ ਖਿਆਲ ਰੱਖਣਾ ਫਰੈਸ਼ੀ ਹੈ ਰੌਣਕ RAM ji ਬਹੁਤ ਅਧੀਨ ਹੋ ਗਏ ਲੱਗਦੇ ਸੀ ਦੰਦੀਆਂ ਨੀਆਂ ਕੱਢ ਕੇ ਬੇਨਤੀਆਂ ਕਰ ਰਹੇ ਸੀ ਹਾਂ ਕੰਮ ਤਾਂ ਕਰਨਾ ਹੀ ਹੈ ਨਾ ਸਿੱਖਣਾ ਤਾਂ ਪੈਗਾ ਹੀ ਖੈਰ ਅਕਾਊਂਟੈਂਟ ਦੇ ਲੈਜਰ 'ਚ ਰੁੱਖਾਪਣ ਸੀ ਅਵਿਨਾਸ਼ ਗੰਭੀਰ ਹੋਇਆ ਖੜਾ ਸੀ ਪਿੰਨ ਦੀ ਨੋਕ ਨਾਲ ਉਹ ਆਪਣੀ ਉਂਗਲ ਦੇ ਨਾਂ 'ਚੋਂ ਮੈਲ ਕੱਢ ਰਿਹਾ ਸੀ ਰੌਣਕ RAM ji ਸੈਕਸ਼ਨ 'ਚੋਂ ਬਾਹਰ ਆਏ ਤਾਂ ਅਵਿਨਾਸ਼ ਨੂੰ ਉਹਦੀ ਰਿਹਾਇਸ਼ ਬਾਰੇ ਪੁੱਛਣ ਲੱਗੇ ਮੇਰਾ ਮਕਾਨ ਬਸਟੈਂਡ ਤੋਂ ਅੱਗੇ ਹੈ ਜੀ ਭਗਤ ਸਿੰਘ ਰੋਡ ਤੇ ਬਸ ਸਟੈਂਡ ਤੋਂ ਬਸ ਥੋੜਾ ਹੀ ਅੱਗੇ ਹੈ 2-3 ਮਿੰਟਾਂ ਦਾ ਰਸਤਾ ਹੈ ਆਉ ਕਦੇ ਨਰੂਲਾ ਸਟਰੀਟ ਪੁੱਛ ਲੈਣਾ ਤੇ ਫਿਰ ਅਵਿਨਾਸ਼ ਨੇ ਪੁੱਛਿਆ ਤੁਹਾਡੀ ਰਹਾਇਸ਼ ਤਾਂ ਡਾਕਖਾਨੇ ਵਾਲੇ ਕੁਆਟਰ ਚ ਹੀ ਹੋਏਗੀ ਨਹੀਂ ਨਹੀਂ ਉਹ ਕੁਆਟਰ ਤਾਂ ਕੁਝ ਖਸਤਾ ਜਿਹਾ ਹੈ ਇੱਕ ਕਮਰੇ ਦੀ ਛੱਤ ਬਹੁਤ ਝੁਕੀ ਹੋਈ ਹੈ ਵੈਸੇ ਪਹਿਲਾਂ ਪੋਸਟਮਾਸਟਰ ਤਾਂ ਉੱਥੇ ਹੀ ਕੱਟ ਗਿਆ 2 ਸਾਲ ਮੈਂ ਤਾਂ ਵੱਖਰਾ ਮਕਾਨ ਲੈ ਲਿਆ ਹਾਊਸ ਰੈਂਟ ਤਾਂ ਮਿਲ ਨਹੀਂ ਹੋਇਆ ਮਕਾਨ ਮੇਰਾ ਉਧਰ ਉਦਮ ਸਿੰਘ ਰੋਡ ਤੇ ਹੈ ਕਾਫੀ ਅੱਗੇ ਜਾ ਕੇ ਹੈ ਸਾਈਕਲ ਰੱਖ ਛੱਡਿਆ ਮੈਂ ਤਾਂ ਇਸ সুনita ਫਿਰ ਕਿਸ ਤਰ੍ਹਾਂ ਆਇਆ ਕਰੇਗੀ ਕਰਦੇ ਆ ਕੋਈ ਪ੍ਰਬੰਧ ਨਹੀਂ ਤਾਂ ਹਲੇ ਪੈਦਲ ਹੀ ਆ ਜਾਇਆ ਕਰੇਗੀ ਨੌਜਵਾਨ ਲੜਕੇ ਲੜਕੀਆਂ ਨੂੰ ਕੀ ਲੱਗਦਾ ਹੈ ਚਲੋ ਖੈਰ ਚੰਗਾ ਮਿਲਦੇ ਰਿਹਾ ਕਰੋ ਕਹਿ ਕੇ ਅਵਿਨਾਸ਼ ਚੁੱਕਿਆ ਤੇ ਰੌਣਕram ji ਨਾਲ ਬੜੇ ادب ਸਹਿਤ ਹੱਥ ਮਿਲਾਇਆ ਉਹ ਵਾਪਸ ਆਪਣੀ ਸੀਟ ਤੇ ਆਇਆ ਤਾਂ ਇੱਕ ਬੰਦਾ ਉਹਦੇ ਲਈ ਸੁਨੇਹਾ ਲਈ ਖੜਾ ਸੀ ਉਹਦਾ ਸਾਹ ਚੜਿਆ ਹੋਇਆ ਸੀ ਉਹ ਸਾਈਕਲ ਤੇ ਹਸਪਤਾਲੋਂ ਆਇਆ ਸੀ ਅਵਿਨਾਸ਼ ਨੂੰ ਉਸੇ ਵੇਲੇ ਹਸਪਤਾਲ ਬੁਲਾਇਆ ਗਿਆ ਸੀ ਅੰਗ ਦੂਸਰਾ ਹੈੱਡ ਕਲਰਕ ਤੋਂ ਪੁੱਛ ਕੇ ਉਹ ਦਫ਼ਤਰੋਂ ਬਾਹਰ ਆਇਆ ਤੇ ਗੇਟ ਕੋਲ ਖੜੇ ਇੱਕ ਰਿਕਸ਼ਾ ਉੱਤੇ ਚੜ੍ਹ ਕੇ ਹਸਪਤਾਲ ਵੱਲ ਚੱਲ ਪਿਆ ਉਹਦੇ ਮਨ 'ਚ ਕੜ ਮਚੀ ਹੋਈ ਸੀ ਉਹ ਰਿਕਸ਼ੇ ਵਾਲੇ ਨੂੰ ਬਾਰ-ਬਾਰ ਕਹਿ ਰਿਹਾ ਸੀ ਵੀ ਤੇਜ਼ ਚੱਲੇ ਉਹ ਪੂਰਾ ਜ਼ੋਰ ਲਾ ਰਿਹਾ ਸੀ ਦੁਪਹਿਰ ਢਲ ਚੁੱਕੀ ਸੀ ਫਰਵਰੀ ਦੀ ਨਿੱਘੀ ਧੁੱਪ ਸੜਕਾਂ ਤੇ ਧੀਮੀ ਧੀਮੀ ਉਤਰ ਰਹੀ ਸੀ ਰਿਕਸ਼ੇ ਵਾਲਾ ਸਵੇਰ ਦਾ ਘਰੋਂ ਨਿਕਲੇ ਹੋਏਗਾ ਉਹਦੇ ਪੱਟ ਨਿੱਸਲ ਹੋ ਚੁੱਕੇ ਹੋਣਗੇ ਉਹਦੀਆਂ ਪਿੰਜੜੀਆਂ ਹੰਬ ਚੁੱਕੀਆਂ ਹੋਣਗੀਆਂ ਇਸੇ ਕਰਕੇ ਜ਼ੋਰ ਲਾਉਣ ਉੱਤੇ ਵੀ ਰਿਕਸ਼ੇ ਦੇ ਪੈਡਲ ਆਮ ਵਾਂਗ ਹੀ ਘੁੰਮ ਰਹੇ ਸਨ। ਰੇਲਵੇ ਪੁਲ ਚੜਨ ਲੱਗਿਆ ਤਾਂ ਉਹ ਦਸ ਕੁ ਪੈਡਲ ਮਾਰ ਕੇ ਹੀ ਹੰਬ ਗਿਆ। ਅਵਿਨਾਸ਼ ਥੱਲੇ ਉਤਰਿਆ। ਤੇਜ਼ ਕਦਮੀ ਉਹ ਰਿਕਸ਼ਾ ਵਾਲੇ ਤੋਂ ਪਹਿਲਾਂ ਹੀ ਪੁਲ ਉੱਤੇ ਜਾ ਖੜਾ। ਰਾਜ ਸਤਲੁਜ ਥੇਡਰਾਇਆ। ਅਵਿਨਾਸ਼ ਨੇ ਉੱਡ ਦੀ ਜੀ ਨਜ਼ਰ ਮਾਰੀ। ਕੋਈ ਨਵੀਂ ਫਿਲਮ ਲੱਗ ਰਹੀ ਸੀ ਪਰ ਫਿਲਮ ਵਿੱਚ ਉਹਦੀ ਕੋਈ ਦਿਲਚਸਪੀ ਨਹੀਂ ਸੀ। ਰਿਕਸ਼ੇ ਵਾਲੇ ਦੇ ਪੈਡਲ ਥੋੜੇ ਜਿ ਸੁਸਤ ਹੋਏ ਪਰ ਅਵਿਨਾਸ਼ ਦੇ ਕੜਕ ਕੇ ਬੋਲਣ ਨਾਲ ਉਹ ਤੇਜ਼ ਚੱਲਣ ਲੱਗਿਆ। ਗਾਂਧੀ ਚੌਕ ਵਿੱਚ ਇੱਕ ਮੋਟਰਸਾਈਕਲ ਦੀ ਇੱਕ ਰੇੜੀ ਨਾਲ ਟੱਕਰ ਹੋ ਗਈ ਸੀ ਲੋਕ ਇਕੱਠੇ ਹੋਏ ਖੜੇ ਸਨ ਮੋਟਰਸਾਈਕਲ ਵਾਲੇ ਨੂੰ ਬੁਰਾ ਭਲਾ ਕਹਿ ਰਹੇ ਸਨ ਰੇੜੀ ਵਾਲੇ ਦੀ ਸਾਰੀ ਸਬਜ਼ੀ ਸੜਕ ਉਤੇ ਗੇਂਦਾ ਵਾਂਗ ਰੁੜ ਗਈ ਸੀ ਰਿਕਸ਼ੇ ਵਾਲਾ ਚੁੱਕਣ ਲੱਗਿਆ ਤਾਂ ਵਿਨਾਸ਼ਕਰ ਬੋਲ ਉੱਠਿਆ ਥੋੜੀ ਦੂਰ ਦੂਰ ਹੋਰ ਜਾ ਕੇ ਹਸਪਤਾਲ ਦਾ ਗੇਟ ਸਾਹਮਣੇ ਸੀ ਹੌਲੀ ਹੌਲੀ ਤੁਰਦੇ ਤੇ ਉਦਾਸ ਚਿਹਰੇ ਲਈ ਲੋਕ ਗੇਟ ਦੇ ਅੰਦਰ ਬਾਹਰ ਆ ਜਾ ਰਹੇ ਸਨ ਗੇਟ ਉੱਤੇ ਜਾ ਕੇ ਉਹ ਰਿਕਸ਼ੇ ਤੋਂ ਉਤਰਿਆ ਉਹਨੂੰ ਪੈਸੇ ਦੇ ਕੇ ਟੱਟ ਗੇਟ ਦੇ ਅੰਦਰ ਹੋ ਗਿਆ ਉਹਦੇ ਕੋਲ ਦਫ਼ਤਰ ਜਾਣ ਵਾਲੇ ਬੰਦੇ ਨੇ ਦੱਸਿਆ ਸੀ ਕਿ ਉਹਦਾ ਕੋਈ ਰਿਸ਼ਤੇਦਾਰ ਉਹਨੂੰ ਬੁਲਾ ਰਿਹਾ ਹੈ ਐਕਸੀਡੈਂਟ 'ਚ ਜ਼ਖਮੀ ਹੋਏ ਲੋਕਾਂ 'ਚੋਂ ਕੋਈ ਹੈ ਉਹੀ ਗੱਲ ਹੋਈ ਜੀ ਤੋਂ ਡਰਦਾ ਸੀ ਉਹਦੀ ਪਤਨੀ 3 ਦਿਨ ਹੋਏ ਆਪਣੀ ਵੱਡੀ ਭੈਣ ਨੂੰ ਮਿਲਣ ਗਈ ਹੋਈ ਸੀ ਉਹਦੀ ਭੈਣ ਕਮਰੇ ਦੀ ਛੱਤ ਤੋਂ ਜਾਲੇ ਸਾਫ਼ ਕਰਦੀ ਬਾਂਸ ਦੀ ਪੌੜੀ ਉੱਤੋਂ ਡਿੱਗੀ ਉਹਦੀਆਂ ਦੋ ਪਸਲੀਆਂ ਟੁੱਟ ਗਈਆਂ ਸੀ ਉਹਦਾ ਪਤਾ ਲੱਣ ਗਈ ਹੋਈ ਸੀ 8-9 ਸਾਲਾਂ ਦਾ ਮੁੰਡਾ ਵੀ ਨਾਲ ਸੀ ਅਵਨਾਸ਼ ਨੇ ਜਾ ਕੇ ਦੇਖਿਆ ਲੋਕਾਂ ਵਿੱਚ ਹਾਈ ਵਿਰਲਾਪ ਮੱਚੀ ਹੋਈ ਸੀ ਹਸਪਤਾਲ ਦਾ ਸਾਰਾ ਸਟਾਫ ਉਹਨਾਂ ਨੂੰ ਦੇਖ ਰਿਹਾ ਸੀ ਵੱਡਾ ਡਾਕਟਰ ਦੇਖਦੇ-ਦੇਖ ਕੇ ਕਹਿੰਦਾ ਜਾ ਰਿਹਾ ਸੀ ਇਹਦੀ ਡਰੈਸਿੰਗ ਕਰਦੇ ਹੋਏ ਇਹਨੂੰ ਸਟਿਚ ਕਰਨਾ ਪਏਗਾ ਇਹਦੇ ਟੀਕਾ ਲਾਓ ਹੁਣੇ ਹੀ ਇਹਦੇ ਤੇ ਫ੍ਰੈਕਚਰ ਹੋ ਗਿਆ ਲੱਗਦਾ ਸੀ ਇਹਦਾ ਖੂਨ ਬੰਦ ਕਰੋ ਪਹਿਲਾਂ ਬਿਮਲਾ ਦੇ ਟੀਕਾ ਕਰ ਦਿੱਤਾ ਗਿਆ ਸੀ ਉਹਦੇ ਸਿਰ 'ਚ ਸਖਤ ਝੋਟ ਲੱਗੀ ਹੋਈ ਸੀ ਕਾਫੀ ਡੂੰਘਾ ਸਖਮ ਸੀ ਬਹੁਤ ਸਾਰਾ ਖੂਨ ਨਿਕਲ ਗਿਆ ਸੀ ਇੱਕ ਅੱਕ ਸੁੱਜ ਕੇ ਖਿੱਦੂ ਬਣੀ ਪਈ ਸੀ। ਉਹਦੇ ਹੱਥ ਉੱਤੇ ਵੀ ਜ਼ਖਮ ਸੀ ਪਰ ਖੂਨ ਚੱਲ ਕੇ ਬੰਦ ਹੋ ਗਿਆ ਸੀ। ਸਿਰ ਦਾ ਖੂਨ ਅਜੇ ਚੱਲ ਰਿਹਾ ਸੀ। ਉਹ ਨੀਂਬੇਹੋਸ਼ੀ ਦੀ ਹਾਲਤ ਵਿੱਚ ਸੀ। ਸ਼ਹਿਰ ਦੀ ਸੇਵਾ ਸੰਮਤੀ ਵੱਲੋਂ ਫਟੜਾ ਨੂੰ ਚਾਹ ਪਿਆਈ ਜਾ ਰਹੀ ਸੀ। ਬਿਮਲਾ ਨੇ ਦੋ ਘੁੱਟਾਂ ਭਰੀਆਂ ਸੰਤ ਤੇ ਪਿਆਲੀ ਬੁੱਲਾਂ ਨਾਲ ਉਪਰੇ ਕਰ ਦਿੱਤੀ ਸੀ। ਉਹਨੂੰ ਆਪਣੇ ਦੁੱਖ ਦਾ ਅਹਿਸਾਸ ਨੇ ਉਹ ਬਿੰਦੇ-ਬਿੰਦੇ ਪੁੱਛਦੀ ਕਿ ਸ਼ੂ ਕਿਵੇਂ? ਕਿ ਸ਼ੂ ਆਪਿਆ? ਠੀਕ ਹੈ ਤਾਂ ਦੰਦ ਨਿਕਲ ਗਿਆ। ਇੱਕ ਬਸ ਕੋਈ ਨਹੀਂ ਫੇਰ ਆ ਜਾਊਗਾ ਹੋਰ ਕੋਈ ਸੱਟ ਨਹੀਂ ਤੂੰ ਇਹਦਾ ਫਿਕਰ ਨਾ ਕਰ ਅਵਿਨਾਸ਼ ਉਹਦਾ ਦਿਲ ਟਿਕਾ ਰਿਆ ਸੀ ਆਕਾਸ਼ ਦੀਆਂ ਅੱਖਾਂ ਉੱਤੇ ਮਾੜੀ-ਮਾੜੀ ਭਲੂਨ ਸੀ ਉਹਦਾ ਮੂਰਲਾ ਉਤਲਾ ਦੰਦ ਟੁੱਟ ਗਿਆ ਸੀ ਉਤਲਾ ਬੁੱਲ ਸੁਜਿਆ ਹੋਇਆ ਸੀ ਇੱਕ ਨਰਸ ਉਹਦੇ ਮੂੰਹ ਤੇ ਦਵਾਈ ਲਾ ਰਹੀ ਸੀ ਪਰ ਉਹ ਅਜੇ ਵੀ ਸੀਸੀ ਕਰੀ ਜਾ ਰਿਹਾ ਸੀ ਆਪਣੀ ਮਾਂ ਵੱਲ ਕਦੇ-ਕਦੇ ਹੈਰਾਨੀ ਤੇ ਗਮ ਜੇ ਚਾਗਦਾ ਤੇ ਫਿਰ ਮੂੰਹ ਉੱਤੇ ਆਪਣਾ ਨਿੱਕਾ ਜਿਹਾ ਤੌਲੀਆ ਬਲੇਟ ਕੇ ਅੱਖਾਂ ਮੀਟ ਲੈਂਦਾ ਸੀ ਹਰ ਕੋਈ ਜਾਣਕਾਰ ਆ ਕੇ ਬਿਮਲਾ ਨੂੰ ਬੁਲਾਉਂਦਾ ਕਿਸੇ ਨੂੰ ਉਹ ਹੂੰ ਹਾਂ ਕਰ ਦਿੰਦੀ ਕਿਸੇ ਵਾਰੀ ਬੋਲਦੀ ਤੱਕ ਵੀ ਨਾ ਅਵਿਨਾਸ਼ ਹਰ ਜਣੇ ਨੂੰ ਕਹਿ ਰਿਹਾ ਸੀ ਬੁਲਾਓ ਨਾ ਬੋਲਿਆ ਨਹੀਂ ਜਾਂਦਾ ਇੱਥੋਂ ਸਿਰ ਚ ਡੂੰਗਾ ਜ਼ਖਮ ਹੈ ਕੋਈ ਨਹੀਂ ਫਿਕਰ ਨਾ ਕਰ ਜਾਨ ਬਚ ਰਹੀ ਜ਼ਖਮ ਤਾਂ ਸਭ ਰਾਜ਼ੀ ਹੋ ਜਾਣਗੇ ਸਾਰੇ ਡਾਕਟਰ ਕੰਪਾਊਂਡਰ ਨਰਸਾਂ ਵੀ ਕਿਵੇਂ ਲੱਗੇ ਪਏ ਕੋਈ ਜਣਾ ਉਹਦਾ ਦਿਲ ਧਰਾਉਂਦਾ ਉਧਰ ਇੱਕ ਬੁੜੇ ਦੀ ਹਾਲਤ ਬਹੁਤ ਖਰਾਬ ਹੈ ਸਿਰ ਦੇ ਚਾਰ ਟੁਕੜੇ ਹੋ ਗਏ ਸੁਰਤਪੋਰਾ ਨਹੀਂ ਬਚਦਾ ਨਹੀਂ ਦਿੰਦਾ ਕਿਸੇ ਨੇ ਨਹੀਂ ਕੀਤਾ ਤੇ ਵਿਨਾਸ਼ ਦਾ ਕਾਲਾ ਦਹਲ ਗਿਆ। ਰਾਮਗੜ੍ਹ ਤੋਂ 5 ਕੁ ਮੀਲ ਦੂਰ ਇੱਕ ਮੋੜ ਉੱਤੇ ਇੱਕ ਟਰੱਕ ਨਾਲ ਬੱਸ ਦੀ ਟੱਕਰ ਹੋ ਗਈ ਸੀ। ਟਰੱਕ ਉਲਟ ਕੇ ਖਤਾਨਾਂ 'ਚ ਜਾ ਪਿਆ ਸੀ। ਕਮਾਲ ਦੀ ਗੱਲ ਡਰਾਈਵਰ ਬਚ ਗਿਆ ਸੀ। ਕਲੀਨਰ ਦੀਆਂ ਕੋਹਣੀਆਂ ਤੇ ਗੋਡਿਆਂ ਉੱਤੇ ਮਾਮੂਲੀ ਸੱਟਾਂ ਲੱਗੀਆਂ ਸੀ। ਟਰੱਕ ਖਾਲੀ ਸੀ। ਬੱਸ ਸੜਕ ਤੋਂ ਉਤਰ ਕੇ ਇੱਕ ਮੋਟੀ ਟਾਲੀ 'ਚ ਵੱਜਾ ਸੀ। ਟਾਲੀ ਟੁੱਟੀ ਨਹੀਂ ਪਰ ਜੜ੍ਹਾਂ ਤੋਂ ਹਿੱਲ ਜ਼ਰੂਰ ਗਈ ਸੀ। ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਪਨਿਆ ਜਾ ਚੁੱਕਾ ਸੀ। ਡ라이ਵਰ ਦੀ ਬੁਰੀ ਹਾਲਤ ਸੀ ਸਟੀering ਉਹਦੇ ਹਿੱਕ 'ਚ ਲੱਗਾ ਸੀ ਤੇ ਦੋ ਦੰਦ ਨਿਕਲ ਗਏ ਸਨ ਗੋਡਿਆਂ 'ਤੇ ਸੱਟਾਂ ਸਨ ਹੱਥ ਵੀ ਜ਼ਖਮੀ ਸਨ ਹਸਪਤਾਲ ਵਿੱਚ ਹੁਣ ਦੋਵੇਂ ਡਰਾਈਵਰ ਪੁਲਿਸ ਦੀ ਹਿਰਾਸਤ ਵਿੱਚ ਸਨ ਉਹਨਾਂ ਦੇ ਬਿਆਨ ਲਏ ਜਾ ਰਹੇ ਸਨ ਦੋਵੇਂ ਡਰਾਈਵਰਾਂ ਦੇ ਚਿਹਰਿਆਂ 'ਤੇ ਕੋਈ ਹੱਬ ਭਾਵ ਨਹੀਂ ਸੀ ਨਾ ਤਾਂ ਫਿਕਰਮੰਦ ਦਿੱਸਦੇ ਸੀ ਤੇ ਨਾ ਹੀ ਹੈਰਾਨ ਜਾਂ ਪਰੇਸ਼ਾਨ ਸ਼ਹਿਰ ਦਾ ਪ੍ਰੈਸ ਰਿਪੋਰਟਰ ਇੱਕ ਫੋਟੋਗ੍ਰਾਫਰ ਨੂੰ ਨਾਲ ਲੈ ਕੇ ਫਟੜੇੜ ਲੋਕਾਂ ਦੀਆਂ ਤਸਵੀਰਾਂ ਖਿੱਚਵਾ ਰਿਹਾ ਸੀ। ਜ਼ਖਮੀਆਂ ਦੀ ਪਰਖ ਪੜਤਾਲ ਕਰਦੇ ਵੱਡੇ ਡਾਕਟਰ ਦੀਆਂ ਫੋਟੋਆਂ ਬਹੁਤੀਆਂ ਲਈਆਂ ਗਈਆਂ ਸਨ। ਅਵਿਨਾਸ਼ ਨਾਲ ਮਦਦ ਵਾਸਤੇ ਹੁਣ 3-4 ਬੰਦੇ ਹੋਰ ਵੀ ਸਨ। ਮਿਮਲਾ ਨੂੰ ਮੰਜੇ ਤੋਂ ਠਾਕੇ ਉਹਨਾਂ ਨੇ ਤੋਰੀਆ ਤਾਂ ਡਰੈਸਿੰਗ ਰੂਮ ਵਿੱਚ ਲਿਜਾ ਕੇ ਉਹਦੇ ਸਿਰ ਦੀ ਸਟੀਚਿੰਗ ਕਰਵਾਈ ਜਾਏ। ਉਹ ਕਦਮ ਤੁਰੇ ਤੇ ਕਹਿਣ ਲੱਗੇ ਮੇਰਾ ਤਾਂ ਚਿੱਤ ਜਾ ਘਿਰ ਜਾਂਦਾ। ਤੁਰਿਆ ਨਹੀਂ ਜਾਂਦਾ। ਅਵਿਨਾਸ਼ ਨੇ ਦੇਖਿਆ ਉਹਦੀਆਂ ਲੱਤਾਂ ਕੰਬ ਰਹੀਆਂ ਸਨ ਝਟ ਅੱਗੇ ਹੋ ਕੇ ਉਹਨੇ ਉਹਨੂੰ ਗੋਦੀ ਚੁੱਕ ਲਿਆ ਤੇ ਹਫੇ ਸਾਹੀ ਡਰੈਸਿੰਗ ਰੂਮ ਦੇ ਦਰਵਾਜ਼ੇ ਮੂਰੇ ਬੈਂਚ ਉੱਤੇ ਲਿਆ ਬਿਠਾਇਆ ਉਹ ਬੈਠੀ ਹਾਈ ਹਾਈ ਕਰਨ ਲੱਗੀ ਉਹ ਤਾਂ ਬੈਠਿਆ ਨਹੀਂ ਸੀ ਜਾ ਰਿਹਾ ਬੈਂਚ ਉੱਤੇ ਹੋਰ ਵੀ ਦੋ ਆਦਮੀ ਬੈਠੇ ਸਨ ਜਿਨ੍ਹਾਂ ਦੀ ਪੱਟੀ ਕਰਨੀ ਸੀ ਦੋ ਤਿੰਨ ਹੋਰ ਜਣੇ ਫਰਸ਼ ਉੱਤੇ ਕੰਧ ਦੀ ਢੋਲਾਈ ਬੈਠੇ ਹੋਏ ਸਨ ਡਰੈਸਿੰਗ ਰੂਮ 'ਚ ਇੱਕ ਨੌਜਵਾਨ ਮੁੰਡੇ ਦੀ ਲੱਤ ਉੱਤੇ ਸਟਿਚਿੰਗ ਕੀਤੀ ਜਾ ਰਹੀ ਸੀ ਮੱਚੰਗਾ ਮਾਰ ਰਿਆ ਸੀ ਕੋਲ ਖੜੇ ਬੰਦੇ ਕਹਿ ਰਹੇ ਸਨ ਉਹ ਇਹ ਦਿਲ ਰੱਖ ਕੁਛ ਚੋਬਰ ਹੈ ਕਿਉਂ ਕਰਦਾ ਜਵਾਕਾਂ ਨੂੰ ਪਰ ਉਹਨੇ ਹਾਈ ਦਵਾਈ ਮਚਾ ਰੱਖੀ ਸੀ ਦੋ ਥਾਵਾਂ ਉੱਤੇ ਟਾਂਕੇ ਲੱਗ ਚੁੱਕੇ ਸਨ ਤੀਜਾ ਟਾਂਕਾ ਉਹ ਲੱਗਣ ਨਹੀਂ ਸੀ ਦੇ ਰਿਹਾ ਕਹਿ ਰਿਆ ਸੀ ਮੈਂ ਮਰ ਜੂੰ ਬਸ ਰਹਿਣ ਦਿਓ ਪਰ ਤੀਜਾ ਟਾਂਕਾ ਵੀ ਉਹਨਾਂ ਨੇ ਜ਼ਬਰਦਸਤੀ ਫੜ ਕੇ ਉਹਦੇ ਲਾ ਦਿੱਤਾ ਸੀ ਤੇ ਹੁਣ ਪਟੀਆਂ ਬੰਨੀਆਂ ਜਾ ਰਹੀਆਂ ਸਨ ਅਵਿਨਾਸ਼ ਨੇ ਬੈਂਚ ਉੱਤੇ ਬੈਠੇ ਬੰਦਿਆਂ ਨੂੰ ਬੇਨਤੀ ਕੀਤੀ ਤਾਂ ਉੱਠ ਕੇ ਉੱਠ ਖੜੇ ਤੇ ਫਰਸ਼ ਉੱਤੇ ਬੈਠ ਗਏ ਬਿਮਲਾ ਨੂੰ ਬੈਂਚ ਉੱਤੇ ਲਟਾ ਦਿੱਤਾ ਗਿਆ ਉਹਦੀ ਚੁੰਨੀ ਤੇ ਚੁੰਨੀ ਉੱਤੋਂ ਦੀ ਕੋਈ ਗਰਮ ਚਾਦਰ ਲਹੂ ਨਾਲ ਗੱਜ ਹੋਈ ਪਈਆਂ ਸਨ ਕੁਰਤੀ ਤੇ ਸਲਵਾਰ ਵੀ ਲਹੂ ਲੋਹਾਨ ਸਨ ਲਹੂ ਭਰੀ ਚੁੰਨੀ ਨਾਲ ਹੀ ਅਗਨਾਸ਼ ਨੇ ਉਹਦਾ ਸਿਰ ਜ਼ਖਮ ਵਾਲੀ ਥਾਂ ਤੋਂ ਕੁੱਟ ਕੇ ਬੰਨ ਦਿੱਤਾ ਡਰੈਸਿੰਗ ਰੂਮ ਦੇ ਟੇਬਲ ਉੱਤੇ ਬਿਮਲਾ ਨੂੰ ਜਦੋਂ ਲਟਾਇਆ ਗਿਆ ਤਾਂ ਖਬਰ ਮਿਲੀ ਕਿ ਆਪਰੇਸ਼ਨ ਥੀਏਟਰ 'ਚ ਉਹ ਬੁੱਢਾ ਦਮ ਤੋੜ ਗਿਆ ਜਿਹਦੇ ਸਿਰ ਦੇ 4 ਟੁਕੜੇ ਹੋ ਗਏ ਸੀ ਪਰ ਇਹ ਖਬਰ ਬਿਮਲਾ ਨੂੰ ਨਹੀਂ ਸੁਣਾਈ ਗਈ ਉਹਦੇ ਉਹਦੇ ਸਿਰ ਦੇ ਵਾਲ ਕੈਂਚੀ ਨਾਲ ਕੱਟ ਕੇ ਜ਼ਖਮ ਵਾਲੀ ਥਾਂ ਨੂੰ ਸਾਫ਼ ਕੀਤਾ ਗਿਆ ਪਰ ਖੂਨ ਦੀਆਂ ਪਿਚਕਾਰੀਆਂ ਅਜੇ ਵੀ ਚੱਲ ਰਹੀਆਂ ਸਨ ਕਿਵੇਂ ਵੀ ਉਹਨੂੰ ਤਿੰਨ ਥਾਵਾਂ ਤੋਂ ਸਟਿਚ ਕਰਕੇ ਪੱਟੀ ਬੰਨ੍ਹ ਦਿੱਤੀ ਗਈ ਅੱਖ ਨੂੰ ਖੋਲ ਕੇ ਦੇਖਿਆ ਗਿਆ ਅੱਖ ਦਾ ਅੰਡਾ ਸਾਬਤ ਨਹੀਂ ਦਿਖ ਰਿਹਾ ਸੀ ਫਿਰ ਵੀ ਉਹਦੇ 'ਚ ਮੱਲਮ ਪਾ ਕੇ ਉਸਤੇ ਪੱਟੀ ਕਰ ਦਿੱਤੀ ਗਈ ਹੱਥਾਂ ਤੇ ਗੋਡਿਆਂ ਤੇ ਪੀਲੀ ਦਵਾਈ ਦੀਆਂ ਪੱਟੀਆਂ ਧਰ ਕੇ ਬੰਨ੍ਹ ਦਿੱਤਾ ਗਿਆ ਪੱਟਾਂ ਤੇ ਕਮਰ ਥੱਲੇ ਦੀ ਹੱਥ ਪਾ ਕੇ ਅਵਿਨਾਸ਼ ਨੇ ਉਹਨੂੰ ਚੁੱਕਿਆ ਤੇ ਜਨਰਲ ਵਾਰਡ ਸੇ ਲੈ ਜਾ ਕੇ ਕਿ ਬੈੱਡ ਤੇ ਨਿਟਾ ਦਿੱਤਾ। ਉਹ ਤੋਂ ਬੋਲਿਆ ਨਹੀਂ ਜਾ ਰਿਹਾ ਸੀ। ਥੋੜੀ ਦੇਰ ਬਾਅਦ ਉਹਨੂੰ ਕਹਿ ਆਈ ਕਿ ਐਚ ਖੋਹੁੰਦੇ ਨੇ ਕਿੰਨੇ ਕਿ ਲੋਥੜੇ ਸਨ। ਅਵਿਨਾਸ਼ ਘਬਰਾ ਗਿਆ। ਅਵਿਨਾਸ਼ ਦੀ ਮਾਂ ਵੀ ਉਦੋਂ ਤੱਕ ਘਰੋਂ ਆ ਚੁੱਕੀ ਸੀ। ਕੁੜੀ ਰਾਧਾ ਵੀ ਆਕਾਸ਼ ਤੋਂ ਇੱਕ ਬੰਦਾ ਰਿਕਸ਼ੇ ਉੱਤੇ ਬਿਠਾ ਕੇ ਘਰ ਛੱਡ ਆਇਆ ਸੀ। ਘਰ ਇੱਕ ਗਵੰਡਨ ਬੁੜੀ ਉਹਦੇ ਕੋਲ ਬੈਠੀ ਹੋਈ ਸੀ। ਅਵਿਨਾਸ਼ ਦੀ ਸੁਰਤ ਜੀ ਮਾਰੀ ਵੇਖ ਕੇ ਮਾਂ ਪੱਜੀ ਪੱਜੀ ਡਾਕਟਰ ਕੋਲ ਗਈ। ਪੱਟਾਂ ਤੇ ਹੱਥ ਮਾਰ ਕੇ ਹਾਈ ਵਿਰਲਾਪ ਕਰਨ ਲੱਗੀ ਮੇਰੇ ਪੁੱਤ ਦਾ ਘਰ ਉਜਾੜ ਗਿਆ ਉਜੜ ਗਿਆ ਜੀ ਮੇਰੇ ਨੂੰਨ ਬਚਾਓ ਖੂਨ ਬੰਦ ਨਹੀਂ ਹੋਇਆ ਮੂੰਹ ਥਾਣੀ ਆਉਂਦਾ ਡਾਕਟਰ ਨੇ ਖੋਦਾ ਕੇ ਦੇਖਿਆ ਤੇ ਕਿ ਨਰਸ ਨੂੰ ਹੁਕਮ ਕਰ ਦਿੱਤਾ ਕਿ ਇਹਦੇ ਟੀਕਾ ਲਾਓ ਇੱਕ ਬੋਤਲ ਵੀ ਲਾ ਦਿਓ ਗਲੂਕੋਜ਼ ਦੀਆਂ ਦੋ ਬੋਤਲਾਂ ਲੱਗ ਗਈਆਂ ਬਿਮਲਾ ਦੀ ਬੇਚੈਨੀ ਘਟੀ ਹੋਈ ਸੀ ਮਾਂ ਤੇ ਅਵਿਨਾਸ਼ ਉੱਥੇ ਹੀ ਸਨ ਰਾਦਾ ਜਾ ਚੁੱਕੀ ਸੀ ਅਵਿਨਾਸ਼ ਨੂੰ ਥੋੜਾ ਜਿਹਾ ਸੁੱਖ ਸਾਹ ਆਇਆ ਉਹਨੇ ਇੱਧਰ ਉੱਧਰ ਫੇਰ ਫਿਰ ਤੁਰ ਕੇ ਦੇਖਿਆ ਹਨੇਰਾ ਉਤਰ ਆਇਆ ਸੀ ਐਕਸੀਡੈਂਟ ਚ ਫੱਟੜ ਹੋਏ 30-35 ਜਣਿਆਂ ਵਿੱਚੋਂ 4-5 ਹਸਪਤਾਲ ਚ ਰਹਿ ਗਏ ਸਨ ਬਾਕੀ ਸਭ ਪੱਟੀਆਂ ਕਰਵਾ ਕੇ ਦਵਾਈਆਂ ਲਖਵਾ ਕੇ ਆਪੋ ਆਪਣੇ ਘਰਾਂ ਨੂੰ ਤੁਰ ਗਏ ਬੁੱਡੇ ਦੀ ਲੋਥ ਲਜਾਈ ਚ ਆ ਚੁੱਕੀ ਸੀ ਅਗਨਾਸ਼ਟੇ ਸੁਣਿਆ ਇੱਕ ਨੌਜਵਾਨ ਔਰਤ ਦਾ 5-6 ਮਹੀਨੇ ਦਾ ਮੁੰਡਾ ਵੀ ਮਰ ਗਿਆ ਸੀ 4-5 ਜਣੇ ਜਿਹੜੇ ਹੁਣ ਹਸਪਤਾਲ ਚ ਪਈ ਸਨ ਉਹਨਾਂ ਵਿੱਚੋਂ ਇੱਕ ਦੀ ਲੱਤ ਦਾ ਫ੍ਰੈਕਚਰ ਸੀ ਇੱਕ ਦੀ ਬਾਹ ਬਹੁਤ ਜ਼ਖਮੀ ਸੀ ਇੱਕ ਔਰਤ ਦੀ ਢੂਈ ਵਿੱਚ ਤਾਕੀ ਦਾ ਸ਼ੀਸ਼ਾ ਖੁੱਬ ਕੇ ਟੁੱਟ ਗਿਆ ਸੀ ਸ਼ੀਸ਼ੇ ਦੇ ਟੁਕੜੇ ਤਾਂ ਡਾਕਟਰ ਨੇ ਕੱਢ ਦਿੱਤੇ ਸੀ ਪੱਟੀ ਕਰ ਦਿੱਤੀ ਸੀ ਪਰ ਉਹ ਔਰਤ ਬਹੁਤ ਥੋੜ੍ਹ ਦੇਲੀ ਸੀ ਬਹੁਤ ਘਬराई ਹੋਈ ਸੀ ਲੱਗਦਾ ਹੈ ਜਿਵੇਂ ਕੱਚ ਹੈਗਾ ਵਿੱਚ ਪਰ ਸਭ ਤੋਂ ਗੰਭੀਰ ਹਾਲਤ ਬਿਮਲਾ ਦੀ ਸਮਝੀ ਜਾ ਰਹੀ ਸੀ ਡਾਕਟਰ ਦੇ ਕਹਿਣ ਉੱਤੇ ਕਿੰਨੀਆਂ ਸਾਰੀਆਂ ਦਵਾਈਆਂ ਟੀਕੇ ਅਵਿਨਾਸ਼ ਬਾਹਰੋਂ ਲੈ ਆਏ ਅਸੀਂ ਦਫ਼ਤਰ ਦੇ ਲੋਕ ਪਤਾ ਲੈ ਲੈ ਜਾ ਰਹੇ ਸਨ ਤੇ ਅਵਿਨਾਸ਼ ਨੂੰ ਖੱਲਾਸ਼ੀਰੀ ਦੇ ਜਾਂਦੇ ਸਨ ਅਰ ਬਿਮਲਾ ਦੇ ਪੀਲੇ ਖਮੋਸ ਤੇ ਬੇਚੈਨ ਚੇਰੇ ਨੂੰ ਵੇਖ ਕੇ ਬਨਾਸ਼ ਬਹੁਤ ਫਿਕਰਮੰਦ ਸੀ ਮਾਂ ਤਕੜੀ ਸੀ ਦਲੇਰੀ ਨਾਲ ਨੂੰ ਦਾ ਔਟਪਾਉਡ ਕਰੀ ਜਾ ਰਹੀ ਸੀ ਬਿੰਦੇ-ਬਿੰਦੇ ਕਹਿੰਦੀ ਸੀ ਘਬਰਾ ਨਾ ਪੁੱਤ ਬਨਾਸ਼ ਰੱਬ ਤੇ ਨਿਸ਼ਚਾ ਰੱਖ ਵਾਲਵਿੰਗਾ ਨਹੀਂ ਹੁੰਦਾ ਇਹਦਾ ਕਾਫੀ ਹਨੇਰਾ ਹੋਈ ਕਿ ਟਰੱਕ ਡਰਾਈਵਰ ਆਇਆ ਉਹਦੇ ਨਾਲ ਉਹਦਾ ਕਲੀਨਰ ਵੀ ਸੀ ਉਹਨਾਂ ਦੀ ਘੁੱਟ-ਘੁੱਟ ਸ਼ਰਾਬ ਪੀਤੀ ਹੋਈ ਲੱਗਦੀ ਸੀ ਸਾਰੇ ਵਾਰਡ ਫਿਰ ਤੁਰ ਕੇ ਐਕਸੀਡੈਂਟ ਦੇ ਜ਼ਖਮੀ ਮਰੀਜ਼ਾਂ ਦਾ ਪਤਾ ਲੈਂਦੇ ਫਿਰਦੇ ਸਨ ਪਤਾ ਲੱਗਿਆ ਉਹੀ ਟਰੱਕ ਡਰਾਈਵਰ ਸੀ ਜਿਹੜਾ ਬੱਸ ਦੇ ਸਾਰੇ ਜ਼ਖਮੀ ਬੰਦਿਆਂ ਨੂੰ ਐਕਸੀਡੈਂਟ ਵਾਲੇ ਥਾਂ ਤੋਂ ਚੁੱਕ ਕੇ ਇੱਥੇ ਹਸਪਤਾਲ 'ਚ ਛੱਡ ਗਿਆ ਸੀ ਐਕਸੀਡੈਂਟ ਤੋਂ 10 ਮਿੰਟਾਂ ਬਾਅਦ ਹੀ ਉਹ ਰਾਮਗੜ੍ਹ ਵੱਲੋਂ ਆ ਰਿਹਾ ਸੀ ਤੇ ਲੋਕਾਂ ਦਾ ਇਹ ਹਾਲ ਹੋਇਆ ਵੇਖ ਕੇ ਉਹਨੇ ਟਰੱਕ ਪੁੱਠਾ ਮੋੜ ਲਿਆ ਸੀ ਤੇ ਹੁਣ ਵਾਰਡ ਵਿੱਚ ਸਾਰੇ ਲੋਕਾਂ ਨੂੰ ਸ਼ਾਬਾਸ਼ ਦੇ ਰਹੇ ਸਨ ਉਹਦਾ ਚਿਹਰਾ ਗੰਭੀਰ ਸੀ ਅੱਖਾਂ ਕੁਝ ਲਾਲ ਸਨ ਬਿੰਦੇ-ਬਿੰਦੇ ਦਰਵਾਜ਼ੇ ਤੋਂ ਬਾਹਰ ਜਾ ਕੇ ਥੁੱਕਦਾ ਸੀ ਉਹਦਾ ਬੋਲ ਥਿੜਕਨ ਤੋਂ ਉਹਦੀ ਸ਼ਰਾਬ ਪੀਤੀ ਦਾ ਪਤਾ ਲੱਗਦਾ ਸੀ। ਅਵਿਨਾਸ਼ ਕੋਲ ਆ ਕੇ ਉਦਾਸ ਹੋ ਗਿਆ। ਬਿਮਲਾ ਦਾ ਚਿਹਰਾ ਵੇਖ ਕੇ ਉਹ ਅਵਿਨਾਸ਼ ਨਾਲ ਹਮਦਰਦੀ ਭਰੀਆਂ ਗੱਲਾਂ ਕਰਨ ਲੱਗਾ। ਅਵਿਨਾਸ਼ ਤੇ ਮਾਂ ਨੇ ਘਰੋਂ ਆਈ ਥੋੜੀ-ਥੋੜੀ ਰੋਟੀ ਖਾਧੀ। ਬਿਮਲਾ ਨੇ ਉੱਠ ਕੇ ਕੁਝ ਨਹੀਂ ਲਿਆ। ਉਹਦੇ ਪਈ-ਪਈ ਦੇ ਮੂੰਹ 'ਚ ਦੁੱਧ ਦੇ 10 ਚਮਚੇ ਪਾਏ ਗਏ। ਲੜ ਕੇ 4 ਵਜੇ ਉਹ ਨੂੰ ਫੇਰ ਕਹਿ ਆਈ ਹੁਣ ਕੈਜ ਖੂਨ ਬਹੁਤਾ ਸੀ। ਮਾਂ-ਪੁੱਤ ਘਬਰਾ ਗਏ। ਅਵਨਾਸ਼ ਨਰਸ ਕੋਲ ਗਿਆ ਉਹ ਆਈ ਤੇ ਦੇਖ ਕੇ ਟੀਕਾ ਲਾ ਗਈ ਇੱਕ ਗੋਲੀ ਦੇ ਗਈ ਡਾਕਟਰ ਨੂੰ ਉਸੇ ਵੇਲੇ ਸੱਦਿਆ ਨਹੀਂ ਜਾ ਸਕਦਾ ਸੀ 5 ਵਜੇ ਫੇਰ ਖੂਨ ਦੀ ਕੈਜ ਚਿਹਰਾ ਪੀਲੇ ਦੀ ਥਾਂ ਹੁਣ ਬੱਗਾ ਪੈਣ ਲੱਗਿਆ ਉਹਦੇ ਸਿਰ ਦਾ ਖੂਨ ਉਹਦੇ ਮਿੱਧੇ ਅੰਦਰ ਡਿਗ ਰਿਹਾ ਹੋਵੇਗਾ ਦੋਵੇਂ ਮਾਂ ਪੁੱਤਰ ਨਰਸ ਕੋਲ ਜਾ ਕੇ ਪਿੱਟੇ ਉਹਦਾ ਇੱਕੋ ਜਵਾਬ ਡਾਕਟਰ ਸਾਹ ਆਉਣਗੇ ਤਾਂ ਦੇਖਣਗੇ ਉਹੀ ਦੇਖ ਕੇ ਟ੍ਰੀਟਮੈਂਟ ਦੇਣਗੇ ਦਹੀਂ ਜਦ ਡਾਕਟਰ ਆਇਆ ਤਾਂ ਬਿਮਲਾ ਦੇ ਮੂੰਹ ਤੋਂ ਨਿਕ ਖੂਨ ਆ ਰਿਹਾ ਸੀ ਡਾਕਟਰ ਨੇ ਜੋ ਟ੍ਰੀਟਮੈਂਟ ਦਿੱਤਾ ਉਹਦਾ ਅਸਰ ਬਹੁਤ ਘੱਟ ਹੋਇਆ 2 ਘੰਟੇ ਬਾਅਦ ਡਾਕਟਰ ਫੇਰ ਆਏ ਤੇ ਅਵਿਨਾਸ਼ ਨੂੰ ਆ order ਲੈ ਜਾ ਕੇ ਕਹਿੰਦਾ ਬਬੂ ਜੀ ਤੁਸੀਂ ਇਹਨਾਂ ਨੂੰ ਪਟਿਆਲੇ ਲੈ ਜਾਓ ਅਵਿਨਾਸ਼ ਦੇ ਹੱਥ ਪੈਰ ਕੰਬਣ ਲੱਗੇ ਮਾਂ ਚੁੱਪ ਹੋ ਗਈ ਡਾਕਟਰ ਨੇ ਅਵਿਨਾਸ਼ ਦਾ ਮੋਢਾ ਥਾਪੜਿਆ ਘਬਰਾਓ ਨਹੀਂ ਦੋਸਤ ਪਰਮਾਤਮਾ ਨੇ ਚਾਇਆ ਤਾਂ ਠੀਕ ਹੋ ਜਾਏਗੀ ਹੌਸਲਾ ਰੱਖੋ ਜਾਓ ਹੁਣੇ ਚਲੇ ਜਾਓ ਅਵਿਨਾਸ਼ ਨੇ ਦਿਲ ਕਰੜਾ ਕੀਤਾ ਤੇ ਉਹਦਾ ਪਤਾ ਲੈਣ ਆਇਆ ਇੱਕ ਕੁਲੀ ਨੂੰ ਕਿਹਾ ਉਹ ਝਟ ਦੇ ਕੇ ਟੈਕਸੀ ਲਿਆਵੇ ਪੈਸੇ ਟੈਕਸੀ ਵਾਲਾ ਜਿੰਨੇ ਕਹੇ ਠੀਕ ਹੈ ਟੈਕਸੀ ਚੋਂ ਉਹ ਪਾ ਕੇ ਮਾਂ ਪੁੱਤ ਪਟਿਆਲੇ ਨੂੰ ਚੱਲ ਪਏ ਕੁਲੀਗ ਦੇ ਹੱਥੋਂ ਨੇ 500 ਰੁਪਏ ਹੋਰ ਕਿਸੇ ਮਿਹਰਬਾਨ ਦੋਸਤ ਦੇ ਘਰੋਂ ਮੰਗਵਾ ਲਿਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮੰਜ਼ੂਰ ਸੀ ਪਟਿਆਲੇ ਹਸਪਤਾਲ ਦੇ ਗੇਟ ਅੰਦਰ ਜਾ ਕੇ ਜਦ ਟੈਕਸੀ ਰੁਕੀ ਤਾਂ ਬਿਮਲਾ ਵਿੱਚ ਸਾਂ ਨਹੀਂ ਸਨ ਤਨਵਾ